ਤਸਵੀਰਾਂ ਬਠਿੰਡਾ ਦੇ ਮੌੜ ਮੰਡੀ ਨੇੜਲੇ ਪਿੰਡ ਘੁੰਮਣ ਕੋਲ ਦੀਆਂ ਨੇ, ਜਿੱਥੇ ਕਿ ਕਿਸਾਨਾਂ ਦੇ ਵੱਲੋਂ ਬੰਦ ਪਿਆ ਟੋਲ ਪਲਾਜ਼ਾ ਹਟਾਇਆ ਜਾ ਰਿਹਾ। ਮਲਬੇ ਨੂੰ ਚੁੱਕ ਰਹੇ ਨੇ ਕਿਸਾਨ। ਮੌਕੇ ਤੇ ਪੁਲਿਸ ਦੇ ਮੁਲਾਜ਼ਮ ਪਹੁੰਚ ਗਏ, ਜਿਨ੍ਹਾਂ ਨੇ ਕਿਸਾਨਾਂ ਨੂੰ ਰੋਕ ਦਿੱਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਅਤੇ ਦਕੌਂਦਾ ਦੇ ਕਿਸਾਨ ਨੇ, ਜਿਨ੍ਹਾਂ ਦੇ ਵੱਲੋਂ ਇਸ ਟੋਲ ਪਲਾਜ਼ੇ ਨੂੰ ਢਾਹ ਕੇ ਇਸ ਦੀਆਂ ਇੱਟਾਂ ਘੜਨੀਆਂ ਸ਼ੁਰੂ ਕੀਤੀਆਂ। ਇੰਨੇ ਨੂੰ ਪੁਲਿਸ ਆ ਗਈ, ਕਿਸਾਨਾਂ ਦੇ ਨਾਲ ਬਹਿਸ ਵੀ ਹੋਈ। ਕਿਸਾਨਾਂ ਨੇ ਕਿਹਾ ਕਿ ਇਹ ਬੰਦ ਪਿਆ ਟੋਲ ਪਲਾਜ਼ਾ ਨਸ਼ੇੜੀਆਂ ਦਾ ਅੱਡਾ ਬਣਦਾ ਜਾ ਰਿਹਾ ਔਰ ਇੱਥੇ ਲੁੱਟਾਂ ਖੋਹਾਂ ਵੀ ਹੁੰਦੀਆਂ ਨੇ। ਉਹਨਾਂ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਿੰਨਾ ਸਮਾਂ ਬੰਦ ਪਏ ਟੋਲ ਪਲਾਜ਼ੇ ਦਾ ਮਲਬਾ ਇੱਥੇ ਪਾਸੇ ਨਹੀਂ ਹਟਾਇਆ ਗਿਆ ਤਾਂ ਉਹ ਧਰਨੇ 'ਤੇ ਬੈਠਣਗੇ। ਪਰ ਦੂਜੇ ਬੰਨੇ ਪੁਲਿਸ ਪ੍ਰਸ਼ਾਸਨ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਕੋਰਟ ਦੇ ਵਿੱਚ ਕੇਸ ਚੱਲ ਰਿਹਾ, ਸਟੇ ਲੱਗੀ ਹੋਈ ਹੈ। ਪਰ ਕਿਸਾਨ ਆਪਣੀ ਅੜੀ 'ਤੇ ਅੜੇ ਰਹੇ। ਉਹਨਾਂ ਨੇ ਸਾਫ਼ ਤੌਰ 'ਤੇ ਕਹਿ ਦਿੱਤਾ ਕਿ ਇਹ ਨਸ਼ੇੜੀਆਂ ਦਾ ਅੱਡਾ ਬਣਿਆ ਹੋਇਆ, ਇਸ ਨੂੰ ਹਟਾਇਆ ਜਾਵੇਗਾ, ਮਲਬੇ ਨੂੰ ਚੱਕ ਕੇ ਇੱਕ ਪਾਸੇ ਰੱਖਿਆ ਜਾਵੇਗਾ ਤਾਂ ਜੋ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦਾ ਖਤਰਾ ਨਾ ਹੋਵੇ। ਬਠਿੰਡਾ ਦੇ ਮੌੜ ਮੰਡੀ ਨੇੜਲੇ ਪਿੰਡ ਘੁੰਮਣ ਕੋਲ ਦੀਆਂ ਇਹ ਤਸਵੀਰਾਂ ਨੇ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਪਿੰਡ ਦੀਆਂ ਕੀ ਮਾਮਲਾ ਹੈ? ਧਰਨਾ ਲਾਇਆ, ਪੁਲਿਸ ਪ੍ਰਸ਼ਾਸਨ ਬਹੁਤ ਜ਼ਿਆਦਾ ਹੈ, ਕੀ ਇਹ ਜਿਹੜਾ ਇੱਥੇ ਧਰਨਾ ਲਾਇਆ ਜੀ, ਇਹ ਜਿਹੜਾ ਟੋਲ ਪਲਾਜ਼ਾ ਹੈ ਇਹ ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਹੈ। ਇਹ ਮਨਪ੍ਰੀਤ ਬਾਦਲ ਦੀ ਸਰਕਾਰ ਵੇਲੇ, ਕਾਂਗਰਸ ਦੀ ਵੇਲੇ ਉਦੋਂ ਮਨਪ੍ਰੀਤ ਨੇ ਬਣਾਇਆ ਸੀ, ਸ਼ੁਰੂ ਕਰਿਆ ਸੀ। ਇਹ ਪਿੰਡ ਦੇ ਜਿਹੜੇ ਨੇੜੇ ਵਾਲੇ ਇਹਨਾਂ ਨੇ ਵਿਰੋਧ ਕਰਿਆ, ਜਿਹੜਾ ਕਿ ਇੱਥੇ ਰੁਕ ਗਿਆ, ਚਾਲੂ ਨਹੀਂ ਹੋਇਆ। ਪਰ ਇਹ ਇਸ ਟਾਈਮ ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਹੈ, ਲੁੱਟਾਂ ਖੋਹਾਂ ਹੁੰਦਾ, ਨਸ਼ੇੜੀ ਇੱਥੇ ਬੈਠੇ ਨਸ਼ਾ ਕਰੀ ਜਾਂਦੇ ਆ, ਟੀਕੇ ਲਾਉਂਦੇ ਆ, ਉਦੋਂ ਬਾਅਦ ਜਦੋਂ ਕੋਈ ਲੰਘਦਾ ਰਾਹਗੀਰ ਉਹਨਾਂ ਨੂੰ ਲੁੱਟ ਲੈਂਦੇ ਆ। ਲੁੱਟਾਂ ਖੋਹਾਂ ਦਾ ਇਹ ਅੱਡਾ ਬਣ ਗਿਆ। ਸਰਕਾਰ ਨੂੰ ਚਾਹੀਦਾ ਤਾਂ ਇਹ ਸੀ ਵੀ ਸਾਡਾ ਸਹਿਯੋਗ ਦਿੰਦੀ, ਸਰਕਾਰ ਸਾਡੀ ਮਦਦ ਕਰਦੀ ਤੇ ਸਾਡੇ ਨਾਲ ਹੱਥ ਨਾਲ ਹੱਥ ਵਟਾ ਕੇ ਸਰਕਾਰ ਕਹਿੰਦੀ ਵੀ ਇਹਨੂੰ ਚੱਕ ਕੇ ਪਾਸੇ ਕਰੋ। ਇਹ ਕੰਮ ਸਰਕਾਰ ਦਾ ਸੀ ਵੀ ਜਿਹੜਾ ਨਸ਼ੇੜੀਆਂ ਦਾ ਅੱਡਾ ਇਹਨੂੰ ਚੱਕ ਦੇ। ਪਰ ਸਰਕਾਰ ਦਾ ਕੰਮ ਅਸੀਂ ਕਰਦੇ ਹਾਂ ਤੇ ਸਾਨੂੰ ਫਿਰ ਵੀ ਕਰਨ ਨਹੀਂ ਦਿੱਤਾ ਜਾ ਰਿਹਾ। ਜਿਹੜਾ ਇਹ ਨਸ਼ੇੜੀਆਂ ਦਾ ਅੱਡਾ ਬਣਿਆ, ਇੱਥੇ ਸਾਡੇ ਹੁਣ ਪੁਲਿਸ ਪ੍ਰਸ਼ਾਸਨ ਲਾਤੀ, ਤਹਿਸੀਲਦਾਰ ਸਾਹਿਬ ਦੀ ਡਿਊਟੀ ਲਾਤੀ ਵੀ ਇਹਨਾਂ ਨੂੰ ਇਹ ਢਾਉਣਾ, ਇਹ ਚੱਕੋ ਨਾ। ਜਿਹੜਾ ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਹੈ ਤੇ ਸਰਕਾਰ ਨਸ਼ੇੜੀਆਂ ਨੂੰ ਸ਼ਹਿ ਦਿੰਦੀ ਹੈ, ਨਸ਼ੇ ਵਾਲਿਆਂ ਨੂੰ ਵੀ ਨਸ਼ਾ ਵੇਚੋ ਤੇ ਖਾਓ। ਜੇ ਇਹੋ ਜਿਹੀਆਂ ਥਾਵਾਂ 'ਚ ਵੇਚਣਗੇ ਵੀ ਤੇ ਖਾਣਗੇ ਵੀ। ਸਰਕਾਰ ਨੂੰ ਚਾਹੀਦਾ ਵੀ ਸਾਡਾ ਸਹਿਯੋਗ ਕਰਦੀ, ਸਰਕਾਰ ਸਾਨੂੰ ਕਹਿੰਦੇ ਵੀ ਚੱਕੋ ਚੱਕ ਕੇ ਇਹਨੂੰ ਪਾਸੇ ਜਿੱਥੇ ਸਿੱਧਾ ਸਿੱਟੋ, ਇਹਨੂੰ ਆਪਦਾ ਪੱਟ ਕੇ ਲੈ ਕੇ ਜਾਂਦੇ। ਮੁੱਖ ਮੰਤਰੀ ਸਾਹਿਬ ਤਾਂ ਐਂ ਕਹਿ ਰਹੇ ਵੀ ਅਸੀਂ ਨਸ਼ਾ ਬੰਦ ਕਰਾਵਾਂਗੇ, ਤੁਸੀਂ ਕਹਿੰਦੇ ਵੀ ਨਸ਼ੇੜੀ ਬਣਾ ਰਹੀ ਹੈ, ਇਹਦਾ ਮਤਲਬ ਕੀ ਕਹਿੰਦੇ? ਇਹਦਾ ਮਤਲਬ ਕਹਿਣਾ ਇਹੀ ਹੈ, ਨਸ਼ੇੜੀਆਂ ਦਾ ਜਦੋਂ ਹੁਣ ਅੱਡਾ ਹੈ, ਨਸ਼ੇੜੀਆਂ ਦੇ ਅੱਡੇ ਨੂੰ ਅਸੀਂ ਪੱਟ ਰਹੇ ਹਾਂ, ਅਸੀਂ ਢਾ ਕੇ ਢੇਰੀ ਕਰਦੇ ਵੀ ਇੱਥੋਂ ਨਸ਼ੇੜੀ ਬਹਿੰਦੇ ਆ, ਨਸ਼ਾ ਇੱਥੇ ਵੇਚਣ ਵਾਲੇ ਵੀ ਆਉਂਦੇ ਆ, ਪੀਣ ਵਾਲੇ ਵੀ ਆਉਂਦੇ ਆ। ਜਦੋਂ ਇੱਥੇ ਬਹਿੰਦੇ ਆ, ਇੱਥੋਂ ਜਿਹੜੇ ਲੈਣ ਵਾਲੇ ਆ ਨਸ਼ਾ, ਉਹ ਸਿੱਧੇ ਆ ਕੇ ਫਿਰ ਸੜਕ ਤੋਂ ਲੈ ਕੇ ਮੁੜ ਜਾਂਦੇ ਆ ਤੇ ਪੀਣ ਵਾਲੇ ਇੱਥੇ ਬੱਚੇ ਪੀ ਜਾਂਦੇ ਆ ਤੇ ਵੇਚਣ ਵਾਲੇ ਇੱਥੋਂ ਵੇਚ ਕੇ ਮੁੜ ਜਾਂਦੇ ਆ, ਨਾ ਕਿਤੇ ਦੂਰ ਜਾਣਾ ਪਵੇ ਨਾ ਕਿਤੇ ਸ਼ਹਿਰ 'ਚ ਜਾਣਾ ਪਵੇ। ਕਿਸਾਨ ਤੁਹਾਡੇ ਢਾਈ ਵੀ ਜਾਂਦੇ ਆ, ਕੀ ਮਤਲਬ ਢਾਈ ਜਾਂਦੇ ਨਾਲ? ਅਸੀਂ ਇਹ ਪਹਿਲਾਂ ਵੀ ਇੱਕ ਦਿਨ ਸ਼ੁਰੂਆਤ ਕੀਤੀ ਸੀ ਜਿਹੜਾ ਸਾਰਾ ਢਾਇਆ ਸੀ, ਪਰ ਅੱਜ ਸਾਡੇ ਕਿਸਾਨ ਜਿਹੜੇ ਇਹ ਕਿ ਚੱਕ ਕੇ ਪਾਸੇ ਕਰਦੇ ਸੀ ਵੀ ਅਸੀਂ ਜਿਹੜੇ ਪੱਤਰ ਪਏ ਆ ਸਾਰੇ ਆਹ ਪਿੱਲਰ ਪੱਟਿਆ ਪੱਛ ਕੇ ਚੱਕ ਕੇ ਪਾਸੇ ਕਰ ਲਈਏ, ਪਰ ਪ੍ਰਸ਼ਾਸਨ ਕਹਿੰਦਾ ਵੀ ਇਹ ਕੋਰਟ 'ਚ ਕੇਸ ਚੱਲ ਰਿਹਾ ਨਹੀਂ ਚੱਕਣਾ। ਪਰ ਅਸੀਂ ਚੱਕਦੇ ਸੀ, ਸਾਨੂੰ ਸਰਕਾਰ ਇਹ ਹਟਾ ਰਹੀ ਹੈ, ਸਰਕਾਰ ਦੀ ਸ਼ਹਿ ਦੇ ਸਾਰਾ ਕੁਛ ਹੋ ਰਿਹਾ, ਨਸ਼ੇੜੀਆਂ ਨੂੰ ਸ਼ਹਿ ਦੇਣ ਵਾਲੀ ਗੱਲ ਹੀ ਹੈ ਸਰਕਾਰ ਦੀ। ਮੰਗ ਕੀ ਹੈ ਤੁਹਾਡੀ? ਸਾਡੀ ਮੰਗ ਇਹ ਹੈ ਵੀ ਜਿਹੜਾ ਇਹ ਟੋਲ ਪਲਾਜ਼ਾ ਹੈ ਇਹਨੂੰ ਪੱਟ ਕੇ ਲਿਜਾਇਆ ਜਾਵੇ, ਇਹ ਜਿਹੜਾ ਆਪਦਾ ਸਿਸਟਮ ਹੈ ਪੱਟ ਕੇ ਲੈ ਜਾਵੇ, ਇਹਨੂੰ ਬੰਦ ਕੀਤਾ ਜਾਵੇ, ਇੱਥੋਂ ਪਲੇਨ ਕਰਕੇ ਸੜਕ ਹੈ ਜਿਹੜੀ ਚਾਲੂ ਕੀਤੀ ਜਾਵੇ, ਕਿਉਂਕਿ ਨਸ਼ੇੜੀਆਂ ਦਾ ਜਿਹੜਾ ਅੱਡਾ ਹੈ, ਰਾਹਗੀਰਾਂ ਨੂੰ ਤੰਗੀ ਆਉਂਦੀ ਹੈ, ਉਹ ਇੱਥੇ ਲੁੱਟਾਂ ਖੋਹਾਂ ਕਰਦੇ ਆ, ਇਸ ਕਾਰਨ ਵੀ ਇਹ ਪੱਟਿਆ ਜਾਵੇ। ਤੇ ਨਹੀਂ ਅਸੀਂ ਪੱਟਣਾ ਤਾਂ ਹੈਗਾ ਹੀ ਆ, ਪੱਟਾਂਗੇ, ਪੱਟ ਕੇ ਹਟਾਂਗੇ,
ਪੱਤੇ ਬਿਨਾ ਹਟਦੇ ਨਹੀਂ ਅਸੀਂ, ਸਾਨੂੰ ਕੁਛ ਵੀ ਹੋ ਜਾਏ, ਚਾਹੇ ਸਰਕਾਰ ਜੇਲ੍ਹਾਂ 'ਚ ਸਿੱਟੇ, ਥਾਣਿਆਂ 'ਚ ਬੰਦ ਕਰੇ, ਕੁਛ ਕਰੇ, ਪਰ ਇਹ ਅਸੀਂ ਪੱਟਣਾ ਤਾਂ ਪੱਟਣਾ ਹੀ ਆ, ਪੱਟਾਂਗੇ।